ਜਲੰਧਰ ਦੇ ਲਤੀਪੁਰਾ ਚ ਘਾਟ ਆ ਜਾਣ ਤੋਂ ਬਾਅਦ 8ਵੇਂ ਦਿਨ ਵੀ ਲੋਕ ਕੜਾਕੇ ਦੀ ਠੰਡ ਚ ਪੈਣ ਲਈ ਮਜਬੂਰ ਹੋਏ। ਸਿਆਸੀ ਲੀਡਰ ਵੀ ਇੱਕ ਤੋਂ ਬਾਅਦ ਇੱਕ ਲਤੀਪੁਰਾ ਚ ਪਹੁੰਚ ਰਹੇ ਆ, ਪਰ ਸਥਿਤੀ ਅਜੇ ਵੀ ਉਹੀ ਆ। ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਪਹੁੰਚੇ। ਉਹਨਾਂ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਦੇ ਨਾਲ ਲੋਕਾਂ ਦੇ ਇਹ ਘਾਟ ਆਏ ਗਏ ਆ, ਤੇ ਉਹਨਾਂ ਨੇ ਕਿਹਾ ਕਿ ਜੇਕਰ ਇੰਪਰੂਵਮੈਂਟ ਟਰੱਸਟ ਅਤੇ ਪੰਜਾਬ ਸਰਕਾਰ ਕੋਰਟ ਦੇ ਨਾਲ ਗੱਲ ਕਰਦੀ ਤਾਂ ਸ਼ਾਇਦ ਇਹਨਾਂ ਲੋਕਾਂ ਦੇ ਘਰ ਬਚ ਸਕਦੇ ਸਨ। ਤੇ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਇਹਨਾਂ ਲੋਕਾਂ ਤੋਂ ਮੁਆਫ਼ੀ ਮੰਗੇ ਅਤੇ ਇਹਨਾਂ ਲੋਕਾਂ ਦੇ ਜਲਦ ਤੋਂ ਜਲਦੀ ਘਰ ਬਣਾ ਕੇ ਦੇਵੇ। ਆਓ ਸੁਣ ਲੈਂਦੇ ਹਾਂ ਹੋਰ ਕੀ ਕੁਝ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ। ਪਹਿਲਾਂ ਤਾਂ ਮੈਂ ਮਾਫ਼ੀ ਮੰਗਦਾ ਕਿ ਅੱਜ ਇਸ ਘਟਨਾ ਨੂੰ ਕਈ ਦਿਨ ਹੋ ਗਏ, 4-5 ਦਿਨ ਹੋ ਗਏ ਔਰ ਅਸੀਂ 5 ਦਿਨਾਂ ਬਾਅਦ ਆਏ ਹਾਂ, ਲੇਕਿਨ ਮੈਂ ਜਿਸ ਦਿਨ ਇਹ ਘਟਨਾ ਵਾਪਰੀ ਸੀ ਮੈਨੂੰ ਬੇਰੀ ਸਾਹਿਬ ਹੋਰਾਂ ਨੇ ਅਤੇ ਮੈਡਮ ਐਮ ਸੀ ਸਾਡਿਆਂ ਨੇ, ਸੋਨੂ ਜੀ ਹੋਰਾਂ ਨੇ, ਸਭ ਨੇ, ਲੋਕਾਂ ਨੇ, ਜਲੰਧਰ ਦੇ ਕਾਂਗਰਸੀ ਸਾਥੀਆਂ ਨੇ ਇਸ ਗੱਲ ਬਾਰੇ ਇਤਲਾਹ ਦਿੱਤੀ ਸੀ ਔਰ ਉਸੇ ਮੌਕੇ 'ਤੇ ਹੀ ਪ੍ਰੈਸ ਕਾਨਫਰੰਸ ਕਰਕੇ ਇਹ ਜ਼ਾਸਤੀ ਦੇ ਖਿਲਾਫ਼ ਆਪਦੀ ਆਵਾਜ਼ ਬੁਲੰਦ ਕੀਤੀ ਸੀ ਔਰ ਜਿਸ ਤਰ੍ਹਾਂ ਮੈਂ ਉਮੀਦ ਕਰਦਾ ਸੀ, ਮੈਨੂੰ ਇਸ ਬਾਰੇ ਨਹੀਂ ਪਤਾ ਸੀ, ਪੂਰੇ ਦੇ ਪੂਰੇ ਮੁਕੰਮਲ ਘਟਾ ਦਿੱਤੇ ਗਏ ਹੈ। ਸੋਚਦੇ ਸੀ ਕਿ ਸ਼ਾਇਦ ਉਹਨਾਂ ਦੇ ਕੋਈ ਛੋਟੇ ਮੋਟੇ ਕਮਰੇ, ਬਾਥਰੂਮ, ਇੱਧਰ ਉੱਧਰ ਦੀਆਂ ਕੋਈ ਇਹੋ ਜਿਹੇ ਟਿਕਾਣੇ ਢਾ ਕੇ ਸਰਕਾਰ ਉਹਨਾਂ ਨੂੰ ਡਰਾਉਣਾ ਚਾਹੁੰਦੀ ਹੈ, ਲੇਕਿਨ ਜਿਸ ਤਰ੍ਹਾਂ ਇੱਥੇ ਆ ਕੇ ਹਾਲਾਤ ਜਾਂ ਮੀਡੀਆ 'ਚ ਵੇਖਿਆ ਕਿ ਮੁਕੰਮਲ ਦਾ ਮੁਕੰਮਲ ਸਫਾਇਆ ਕਰ ਦਿੱਤਾ, ਸਭ ਕੁਛ ਢਾ ਦਿੱਤਾ, 2.5-2.5 ਸਾਲ ਦੀਆਂ ਬੱਚੀਆਂ ਵਾਸਤੇ ਪਾਉਂਦੀਆਂ ਰਹੀਆਂ ਔਰ ਮਾਵਾਂ ਰੋਂਦੀਆਂ ਰਹੀਆਂ, ਲੇਕਿਨ ਕਿਸੇ ਨੇ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਸੋ ਮੈਂ ਇੱਥੇ ਬੈਠ ਕੇ ਜਿੰਨਾ ਕੁ ਕੇਸ ਸਮਝਿਆ ਉੱਥੋਂ ਇਹ ਅੰਦਾਜ਼ਾ ਲੱਗਿਆ ਕਿ ਸਰਕਾਰ ਜਾਣ ਬੁੱਝ ਕੇ, ਯਾਨੀ ਕਿ ਇੰਪਰੂਵਮੈਂਟ ਟਰੱਸਟ ਜਾਣ ਬੁੱਝ ਕੇ ਇਸ ਕੇਸ ਦੀ ਪੈਰਵਾਈ ਨਹੀਂ ਕਰ ਸਕਿਆ ਔਰ ਮਿਲੀ ਭੁਗਤ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਧੋਖਾ ਹੋਇਆ। ਬੇਸ਼ੱਕ ਜਦੋਂ ਕਾਨੂੰਨ ਦੀ ਗੱਲ ਕਰਦੇ ਹਾਂ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ, ਮਾਨਯੋਗ ਅਦਾਲਤਾਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਉਹ ਸਰਵਉੱਚ ਅਦਾਲਤਾਂ ਨੇ, ਜੋ ਵੀ ਫੈਸਲਾ ਉਹਨਾਂ ਦਾ ਹੈਗਾ ਉਹ ਸਾਡੇ, ਅਸੀਂ ਹਰ ਵਿਅਕਤੀ ਮੰਨਦੇ ਹਾਂ, ਲੇਕਿਨ ਜਿਹੜੀਆਂ ਅਦਾਲਤਾਂ, ਮਾਨਯੋਗ ਅਦਾਲਤਾਂ, ਉਹਨਾਂ ਨੂੰ ਵੀ ਕਾਗਜ਼ੀ ਪੱਤਰੀ ਵੇਖ ਕੇ ਫੈਸਲਾ ਕਰਦੀਆਂ, ਲੇਕਿਨ ਅਗਰ ਉਹਨਾਂ ਦੇ ਕੋਲੇ ਕੋਈ ਪੱਖ ਪੇਸ਼ ਹੀ ਨਾ ਕੀਤਾ ਗਿਆ, ਕੋਈ ਕਾਗਜ਼ ਐਸੇ ਦਿੱਤੇ ਹੀ ਨਹੀਂ ਗਏ, ਤਾਂ ਇਹ ਤਾਂ ਵਿਚਾਰੇ ਕੋਰਟ 'ਚ ਗਏ ਨਹੀਂ, ਗਰੀਬ ਲੋਕ ਹੈ, ਜਾ ਹੀ ਨਹੀਂ ਸਕਦੇ ਸੀਗੇ, ਤਾਂ ਫੈਸਲੇਦਾਰ ਫੈਸਲਾ ਇਹਨਾਂ ਦੇ ਖਿਲਾਫ਼ ਕਰਦੇ ਗਏ। ਹਾਲਾਂਕਿ ਇਹਨਾਂ ਨੂੰ ਕਾਫ਼ੀ ਚੀਜ਼ਾਂ ਦੀ ਨੌਲੇਜ ਹੈ ਕਿ ਚੀਜ਼ ਕਿਤੇ ਹੋਰ ਸੀ, ਵਿਖਾ ਕਿਤੇ ਹੋਰ ਦਿੱਤੀ ਗਈ ਅਤੇ ਆਹ ਕਾਗਜ਼ੀ ਪੱਤਰੀ ਮਿੰਤੀ ਹੋਈ ਨਹੀਂ। ਹਾਲਾਂਕਿ ਪਟਵਾਰੀਆਂ ਨੇ ਵੀ ਐਫੀਡੇਵਿਟ ਦੇਤੇ, ਬਿਆਨ ਵੀ ਕੋਟਾ 'ਚ ਦੇਤੇ ਵੀ ਇਹ ਉਹ ਖਸਰਾ ਨੰਬਰ ਨਹੀਂ ਹਨ, ਇਸ ਦੇ ਬਾਵਜੂਦ ਵੀ ਫੈਸਲਾ ਇਹਨਾਂ ਦੇ ਖਿਲਾਫ਼ ਆ ਗਿਆ। ਮੈਨੂੰ ਲੱਗਦਾ ਕਿ ਸਿਆਣੇ ਕਹਿੰਦੇ ਵੀ ਜੇ ਵਕੀਲ ਮਾੜਾ ਹੋਵੇ ਤਾਂ ਤੁਹਾਡਾ ਕੇਸ ਹਰ ਜਾਂਦਾ, ਸੋ ਇਹਨਾਂ ਦੇ ਵਿਚਾਰਿਆਂ ਦਾ ਤਾਂ ਵਕੀਲ ਹੈ ਹੀ ਨਹੀਂ ਸੀਗਾ, ਕੋਈ ਇਹਨਾਂ ਦਾ ਵਕੀਲ ਕੋਈ ਹੈ ਹੀ ਨਹੀਂ ਸੀਗਾ, ਸੋ ਇਸ ਕਰਕੇ ਫੈਸਲਾ ਇਹਨਾਂ ਦੇ ਖਿਲਾਫ਼ ਆਇਆ। ਮੈਂ ਇੱਕ ਤਾਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਦਾਰ ਭਗਵੰਤ ਸਿੰਘ ਮਾਨ, ਆਮ ਸਧਾਰਨ ਪਰਿਵਾਰ 'ਚੋਂ ਉੱਠ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਥੇ ਖੁਦ ਆਉਣ ਮੁੱਖ ਮੰਤਰੀ, ਔਰ ਸ਼ਾਇਦ ਮੁੱਖ ਮੰਤਰੀ ਨੂੰ ਵੀ ਇਹ ਦੱਸ ਦਿੱਤਾ ਗਿਆ ਹੋਵੇ ਵੀ ਕਾਗਜ਼ੀ ਪੱਤਰੀ ਜੀ ਇਹ ਕੋਰਟ ਦਾ ਫੈਸਲਾ, ਹੁਣ ਅਸੀਂ ਕੀ ਕਰ ਸਕਦੇ, ਇਹ ਤਾਂ ਹਾਰ ਗਏ, ਅਤੇ ਆਫਿਸਰ ਸਾਹਿਬਾਂ ਨੇ ਮਿਲੀ ਭੁਗਤ ਨਾਲ ਇਹ ਸਾਰਾ ਕੁਛ ਢਹਿ ਢੇਰੀ ਕਰਤਾ ਉਹਨਾਂ ਦਾ, ਮਿਲੀ ਭੁਗਤ ਦੇ ਨਾਲ, ਕਿਉਂਕਿ ਚੀਫ ਮਿਨਿਸਟਰ ਨੂੰ ਕਹਿੰਦਾ ਹੋਣਾ ਆਰਡਰ ਹੈ ਜੀ ਸੁਪਰੀਮ ਕੋਰਟ ਦਾ, ਹੁਣ ਜਦੋਂ ਆਰਡਰ ਸੁਪਰੀਮ ਕੋਰਟ ਦਾ ਫਿਰ ਕੋਈ ਬੋਲਦਾ ਨਹੀਂ। ਮੇਰੀ ਬੇਨਤੀ ਹੈ ਮਾਨ ਸਾਹਿਬ ਨੂੰ ਕਿ ਇਹਨੂੰ ਘੋਖ 'ਤੇ ਵਿਚਾਰੋ, ਇਹ ਕੁਝ ਗੱਲ ਹੋਰ ਕਹਿੰਦੇ ਹੈ, ਕਾਗਜ਼ੀ ਪੱਤਰੀ ਇਹ ਜ਼ਮੀਨ ਕਿਤੇ ਹੋਰ ਸੀ, ਵਿਖਾ ਕਿਤੇ ਹੋਰ ਦਿੱਤੀ ਗਈ, ਇਹਨਾਂ ਨਾਲ ਅਨਿਆਏ 'ਤੇ ਧੱਕਾ ਹੋਇਆ। ਆਪਦੇ ਆਫਿਸਰ ਸਾਹਿਬਾਨਾਂ ਨੂੰ ਕਹੋ ਕਿ ਮੈਨੂੰ ਸਾਰੀ ਸੱਚਾਈ ਚਾਨਣੇ ਮੇਰੇ ਲਾਓ ਅਤੇ ਆ ਕੇ ਇਹਨਾਂ ਨੂੰ ਇਹਨਾਂ ਦੇ ਘਰ ਦੁਆਰੇ ਵਸਾ ਕੇ ਦੇਣ, ਔਰ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਹੋਊਗੀ। ਕੋਈ ਗੱਲ ਨਹੀਂ, ਜ਼ਿੰਦਗੀ 'ਚ ਸਰਕਾਰਾਂ ਗਲਤ ਫੈਸਲੇ ਵੀ ਲੈ ਲੈਂਦੀਆਂ, ਕਈ ਵਾਰੀ ਵਿਅਕਤੀ ਤੋਂ ਗਲਤ ਫੈਸਲਾ ਵੀ ਹੋ ਜਾਂਦਾ, ਲੇਕਿਨ ਆਪਦੀ ਗਲਤੀ ਮੰਨ ਕੇ, ਆਪਦੀ ਗਲਤੀ ਮੰਨ ਕੇ ਅਤੇ ਫੈਸਲਾ ਦੁਹਰਾ ਲਿਆ ਜਾਵੇ ਤਾਂ ਲੋਕ ਉਹਦੀ ਤਾਰੀਫ਼ ਵੀ ਕਰਦੇ ਆ ਜਿਹੜਾ ਆਪਦੀ ਗਲਤੀ ਮੰਨ ਲਏ। ਸੋ ਇੱਕ ਤਾਂ ਮੈਂ ਇਹ ਬੇਨਤੀ ਕਰਾਂਗਾ। ਦੂਸਰਾ ਮੇਰੀ ਬੇਨਤੀ ਹੈ ਇੱਥੋਂ ਇਹਨਾਂ ਨੂੰ, ਮੈਂ ਸੱਜਣਾ ਨੂੰ ਇਹ ਕਹੀ ਆ ਗੱਲ ਕਿ ਇਹਨੂੰ ਆਪਾਂ ਟੈਕਨੀਕਲੀ ਵੀ ਲੜਾਈ ਲੜੀਏ ਕੋਰਟ ਦੇ ਵਿੱਚ ਚੰਗੇ ਵਕੀਲਾਂ ਦੇ ਨਾਲ, ਮਾਹਿਰ ਤੁਸੀਂ ਲੈ ਕੇ ਆਓ ਜਿਹੜੇ ਤੁਹਾਡੇ ਕੋਲ ਦਸਤਾਵੇਜ਼ ਹੈ, ਅਸੀਂ ਉਹ ਚੰਗੇ ਵਕੀਲਾਂ ਨੂੰ ਵਿਖਾ ਕੇ, ਵਕੀਲਾਂ ਦਾ ਜਿਹੜਾ ਵੀ ਖਰਚਾ ਆਏਗਾ ਕਾਂਗਰਸ ਪਾਰਟੀ ਕਰੇਗੀ,
ਤੇ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਦੁਬਾਰਾ ਲੈ ਕੇ ਜਾਈਏ, ਅਪੀਲ ਫਾਈਲ ਕਰੀਏ ਕਿ ਇਹ ਗਲਤ ਹੋਇਆ ਤੇ ਅਸੀਂ ਆਪਦਾ ਤੱਤ ਪੱਖ ਪੇਸ਼ ਕਰਕੇ ਤੇ ਇਹ ਜਿਹੜਾ ਰਿਮਾਂਡ ਕਰਾਈਏ ਕੇਸ। ਸੋ ਦੂਜਾ ਤਰੀਕਾ ਹੈ। ਤੀਸਰਾ ਇਹ ਹੈ ਕਿ ਇਸੇ ਤਰ੍ਹਾਂ ਜਿਹੜੇ ਵੀ ਲੋਕ, ਚਾਹੇ ਕੋਈ ਵੀ ਜਾਤੀ ਦੇ ਲੋਕ ਹੈ, ਕਿਸੇ ਵੀ ਧਰਮ ਦੇ ਲੋਕ ਹੈ, ਕਿਸੇ ਵੀ ਪਾਰਟੀ ਦੇ ਲੋਕ ਹੈ, ਸਿਆਣੇ ਕਹਿੰਦੇ ਔਖੇ ਵੇਲੇ ਹਰੇਕ ਨਾਲ ਖੜੇ ਹੋ ਜਾਣਾ ਚਾਹੀਦਾ, ਬੇਸ਼ੱਕ ਕੋਈ ਬਗਾਨਾ ਵੀ ਹੋਵੇ। ਸੋ ਤੀਜੀ ਮੇਰੀ ਬੇਨਤੀ ਹੈ ਕਿ ਸਭ ਨੂੰ ਇਹਨਾਂ ਦੇ ਨਾਲ ਆ ਕੇ ਇਹਨਾਂ ਨਾਲ ਹਮਦਰਦੀ ਪ੍ਰਗਟਾਉਣੀ ਚਾਹੀਦੀ ਹੈ। ਇਹਨਾਂ ਨੂੰ ਕਿਸੇ ਵੀ ਚੀਜ਼ ਵਸਤੂ ਦੀ ਲੋੜ ਹੋਵੇ, ਉਹਨੂੰ ਸਭ ਨੂੰ ਤਿਲ ਫੁੱਲ ਭੇਟਾ ਜੋ ਕਿਸੇ ਦਾ ਸਰਦਾ ਹੈ ਉਹ ਪੂਰਾ ਕਰਨਾ ਚਾਹੀਦਾ। ਸੋ ਅੱਜ ਮੈਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਇਹ ਮਹਿਸੂਸ ਕਰਦਾ ਕਿ ਬਹੁਤ ਧੱਕਾ ਹੋਇਆ। ਜੇ ਇਹ ਘਰ ਰਾਜੇ ਵੜਿੰਗ ਦਾ ਟੈਂਦਾ ਫਿਰ ਪਤਾ ਲੱਗਦਾ ਇਹ ਪਿਓ ਦੇ ਮਰਨੇ ਨਾਲੋਂ ਵੀ ਵੱਡੀ ਗੱਲ ਹੈ ਘਰ ਟਹਿ ਜਾਣਾ। ਪਿਓ ਦੇ ਮਰਨੇ ਦਾ ਤਾਂ 15-20 ਦਿਨਾਂ ਬਾਅਦ ਬੰਦਾ ਭੁੱਲ ਜਾਂਦਾ ਹੈ, ਕਦੇ ਕਦੇ ਯਾਦ ਆਉਂਦੀ ਹੈ, ਫਿਰ ਚੁੱਲ੍ਹਾ ਚੌਂਕਾ ਚੱਲਦਾ। ਜਦੋਂ ਚੁੱਲ੍ਹਾ ਚੌਂਕਾ ਜਦੋਂ ਉੜਾ ਦਿੱਤਾ ਜਾਵੇ ਤੇ ਢਿੱਡ ਰੋਜ਼ ਭੁੱਖਾ ਹੋਵੇ ਤੇ ਉਹਨੂੰ ਵੇਖਦਾ ਕੁਛ ਨਾ ਹੋਵੇ ਇਹਨਾਂ ਕਾਲੀਆਂ ਰਾਤਾਂ ਦੇ ਵਿੱਚ, ਮੈਨੂੰ ਲੱਗਦਾ ਕਿ ਉਹ ਰੋਜ਼ ਮਰਦਾ ਹੈ। ਇੱਕ ਵਾਰੀ ਮਰਨਾ ਹੁੰਦਾ, ਇਹ ਰੋਜ਼ ਵਿਚਾਰੇ ਮਰ ਰਹੇ ਹੈ। ਸੋ ਮੈਂ ਆਪਦਾ ਪਾਰਟੀ ਵੱਲੋਂ ਤੇ ਆਪ ਇਹਨਾਂ ਨਾਲ ਇਸ ਮੌਕੇ ਤੇ ਆਪਦੀ ਹਮਦਰਦੀ ਪ੍ਰਗਟ ਕਰਨ ਵਾਸਤੇ ਆਇਆ। ਜੋ ਵੀ ਮੇਰੇ ਤੋਂ ਸਰੇਗਾ, ਜੋ ਵੀ ਮੈਂ ਕਰ ਸਕਦਾ ਹੋਇਆ, ਅਸੀਂ ਸਾਡੀ MC ਆਂਟੀ ਹੋਰਾਂ ਨਾਲ ਗੱਲਬਾਤ ਕਰਕੇ, ਲੋਕਲ ਲੀਡਰ ਸਾਹਿਬ ਹੋਰਾਂ ਨਾਲ, ਸਾਡੇ MLA ਸਾਹਿਬ ਹੋਰਾਂ ਨਾਲ, ਜ਼ਿਲ੍ਹਾ ਪ੍ਰਧਾਨ ਹੋਰਾਂ ਨਾਲ ਗੱਲ ਕਰਕੇ ਅਸੀਂ ਜੋ ਕਰ ਸਕਦੇ ਹੋਏ ਉਹ ਕਰਾਂਗੇ। ਸੋ ਵੇਖੋ ਮੇਰੀ ਬੇਨਤੀ ਹੈ ਯਾਰ, ਕਾਂਗਰਸ ਪਾਰਟੀ ਦਾ ਪ੍ਰਧਾਨ ਆ ਗਿਆ, ਕਿਸੇ ਦੀ ਕਮੀ ਕਿਸੇ ਦੀ ਨਹੀਂ, ਕਿਸੇ ਦੇ ਆਉਣ ਨਾਲ ਘਰ ਬਣ ਨਹੀਂ ਜਾਣਾ, ਕਿਸੇ ਦੇ ਆਉਣ ਨਾਲ ਘਰ ਟਹਿ ਨਹੀਂ ਜਾਣਾ। ਹਰ ਵਿਅਕਤੀ ਦੇ ਸੋਚ ਨਿੱਜੀ ਹੁੰਦੀ ਹੈ, ਹੋ ਸਕਦਾ ਕਈ ਮੰਦਰ ਜਾਂਦੇ ਹੈ, ਨਾਲ ਵਾਲੇ ਘਰ ਵਾਲਾ ਗੁਰਦੁਆਰੇ ਜਾਂਦਾ ਹੈ। ਸੋ ਇਸ ਗੱਲ ਤੇ ਟਿੱਪਾ ਟਿੱਪਣੀ ਕੋਈ ਗੱਲ ਬਣਦੀ ਨਹੀਂ। ਕਈ ਵਾਰੀ ਖਬਰ ਬਣਾਉਣ ਦੀ ਕਹਾਣੀ ਹੁੰਦੀ ਹੈ, ਕਈ ਵਾਰੀ ਸਵਾਲ ਬੰਦਾ ਤਾਂ ਕਰਦਾ। ਤੁਹਾਨੂੰ ਮੈਂ ਬੇਨਤੀ ਕਰਾਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੇਸ, ਹਜੇ ਤੱਕ ਵੀ ਇਹ ਕੇਸ ਪਤਾ ਨਹੀਂ ਹੈ, ਕੇਸ ਲੜਿਆ ਹੀ ਨਹੀਂ ਗਿਆ ਕਾਨੂੰਨੀ ਤੌਰ ਤੇ। ਜੇ ਚੰਦ ਟੀਮਾਂ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਇੱਦਾਂ ਹੀ ਆ ਕੇ ਇੱਥੇ ਆ ਗਏ ਗੱਲਬਾਤ ਕਰ ਲਈ ਤੇ ਇੱਕ ਮਿੰਟ ਜੀ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਪਲੀਜ਼, ਗੱਲ ਪੂਰੀ ਕਰ ਲੈਣ ਦਿਓ ਪਲੀਜ਼। ਇੱਥੇ ਆ ਗਿਆ, ਮੈਂ ਚਲਾ ਗਿਆ, ਵਾਪਸ ਜਾ ਵੜਿਆ, ਕੋਈ ਗੱਲ ਨਹੀਂ ਬਣਨੀ। ਮੈਂ ਹਮੇਸ਼ਾ ਹੁਣ ਵੀ ਕਿਹਾ ਕਿ ਇੱਕ ਮੇਰੀ ਫੋਟੋ ਬਣ ਜਾਏਗੀ, ਇੱਕ ਵੀਡੀਓ ਆ ਜਾਏਗੀ, ਇਹਨਾਂ ਦਾ ਮਸਲਾ ਤਾਂ ਹੱਲ ਹੋਣਾ। ਜੇ ਕਾਗਜ਼ੀ ਪੱਤਰੀ ਅਸੀਂ ਇਹਨਾਂ ਦੀ ਲੜਾਈ ਲੜੇ, ਮੈਂ ਤੁਹਾਨੂੰ ਕਹਿ ਦਿੰਦਾ ਕਿ ਕਿਸੇ ਵੀ ਵਿਅਕਤੀ ਨੇ ਨਹੀਂ ਲੜੀ। ਚਲੋ ਸਾਡੇ ਵਾਲੇ ਨੇ ਕਿਸੇ ਨੇ ਲੜਾਈ ਨਹੀਂ ਲੜੀ, ਤਾਂ ਜਿਹੜੇ ਆਮ ਜਨਤਾ ਗਏ 100%, ਇਹ ਤਾਂ ਕਦੇ ਹਿੰਦੁਸਤਾਨ 'ਚ ਹੋਇਆ ਹੀ ਨਹੀਂ ਨਾ। ਇੱਥੇ ਕਹਿੰਦੇ ਕਿ ਫਲਾਨੇ ਨੇ ਆਹ ਗਲਤੀ ਕਰ ਲਈ, ਉਹਨੂੰ ਟੰਗ ਦਿਓ। ਜਿਹਨੇ ਗਲਤੀ ਮਗਰੋਂ ਸਾਰੀ ਕੀਤੀ ਕਰਾਈ, ਮੀਟਰ ਦਿੱਤੇ, ਫਲਾਂ ਦਿੱਤੇ, ਉਹ ਸਾਰਿਆਂ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਪਹਿਲਾਂ ਤਾਂ ਇਹਨਾਂ ਨੂੰ ਗੁੰਮਰਾਹ ਕੀਤਾ, ਜੇ ਇਹਨਾਂ ਦੀ ਜਗ੍ਹਾ ਨਹੀਂ ਸੀ ਤੁਸੀਂ ਮੀਟਰ ਕਿਉਂ ਲਾਇਆ? ਕਹਿੰਦੇ ਮਾਲਕੀ ਤੋਂ ਬਿਨਾਂ ਮੀਟਰ ਨਹੀਂ ਲੱਗਦਾ। ਫਿਰ ਇਹਨਾਂ ਨੂੰ ਸੀਵਰੇਜ ਕਨੈਕਸ਼ਨ ਦਿੱਤਾ, ਫਿਰ ਤੁਸੀਂ ਹਾਊਸ ਟੈਕਸ ਇਹਨਾਂ ਤੋਂ ਲਿਆ, ਫਿਰ ਇਸ ਦੇ ਬਾਵਜੂਦ ਤੁਸੀਂ ਉਹਨਾਂ ਦੇ ਘਾਟ ਆ ਰਹੇ ਹੋ। ਜੋ ਆਪਦੇ ਡਿਪਾਰਟਮੈਂਟ ਤੇ ਸਭ ਲੋਕਾਂ ਦੇ ਪਰਚੇ ਦੇ ਕੇ ਅੰਦਰ ਕੀ ਤੁਸੀਂ ਇਹਨਾਂ ਜਨਤਾ ਨੂੰ ਗੁੰਮਰਾਹ ਕੀਤਾ? ਇਹ ਇਹਨਾਂ ਦੀ ਥਾਂ ਬਣਦੀ ਸੀ, ਇਸ ਕਰਕੇ ਹੀ ਦਿੱਤਾ ਗਿਆ। ਪਟਵਾਰੀ ਦੇ ਬਿਆਨ ਇਹ ਗੱਲ ਕਹਿੰਦੇ, ਘਰ ਨੂੰ ਜਾੜ ਕੇ ਫਲੈਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ। I was not aware, I'm ਇੱਥੋਂ 250 ਕਿਲੋਮੀਟਰ ਰਹਿੰਦਾ ਮੈਂ ਮੁਕਤਸਰ, ਮੈਂ ਉਦੋਂ ਇਕੱਲਾ MLA ਸੀਗਾ। ਜ਼ਰੂਰੀ ਨਹੀਂ ਆ ਕਿ ਪੰਜਾਬ ਦੇ ਹਰ ਮੁੱਦੇ ਦਾ ਹਰ MLA ਨੂੰ ਪਤਾ ਹੋਣਾ ਹੋਏਗਾ, ਨਹੀਂ ਨਾ। ਜਿਹੜਾ ਵੀ ਲੋਕਲ ਲੋਕਲ ਲੀਡਰ ਤੁਹਾਨੂੰ ਗਿੱਦੜ ਬੇਦਾ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਗਿੱਦੜ ਬੇਦਾ ਰੋਜ਼ ਕੀ ਵਾਪਰ ਰਿਹਾ ਮੁੱਦਾ ਪਤਾ ਹੈ? ਹਾਲਾਂਕਿ ਪੱਤਰਕਾਰ ਤਾਂ TV ਰੋਜ਼ ਦੇਖਦਾ। ਮੇਰੀ ਇਹ ਬੇਨਤੀ ਹੈ ਮੈਂ ਕਾਂਗਰਸ ਪਾਰਟੀ ਦਾ ਯਾਰ, ਉਹ ਹਲਕਾ MLA ਸਾਹਿਬ ਦਾ ਨਾਲ ਤੁਸੀਂ ਗੱਲ ਕਰ ਸਕਦੇ ਹੋ, ਨੋਟ ਵਿਦ ਮੀ, ਯੂ ਆਰ ਨੋਟ ਸਪੋਜ਼ ਟੂ ਆਸਕ ਮੀ ਨਾ। ਨੋ, ਮੈਂ ਹਰ ਵਿਅਕਤੀ, ਮੈਂ ਆਪਦੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਦੀ ਬ੍ਰਦਰ ਜ਼ਿੰਮੇਵਾਰੀ ਲੈਂਦਾ। ਮੈਂ ਇੱਥੇ ਆ ਕੇ ਇਹਨਾਂ ਨਾਲ ਖੜੇ ਹੋਣਾ, ਜਿੱਥੇ ਰਾਤ ਨੂੰ
नहीं मेरी किसे प्रति नहीं, व्यक्ति विशेष मेरी किसे प्रति जिम्मेदारी नहीं बनती, एज एमएलए भी नहीं बनती, दैट इज द अंडर एमएलए इज अंडर द सीएलपी, वैसे कोई गल नहीं, कोई भजन गाली नहीं है मेनू। घर उजाड़ के फ्लैट देन की गल की जा रही है, लोगों ने नामंजूर करता सर दे के घर उजाड़ के फ्लैट देन की गल की जा रही है, बिलकुल यार जिसका घर से बेचारे हुण इह खुले वातावरण च बेचारे रहिंदे सी, कई बुजुर्ग तो चाड़ी नहीं सकते फ्लैटा च, उन्हां दा साह बंद हो जाएगा। ब्रिंग सर तुहाडे कोल लोगां ने शिकायत की थी कि साडे जे हलका एक बंदा एक सवाल तीन कर ले सर, तुसीं तुहाडे कोल लोगां ने शिकायत की थी इत्थे दिआं ने नतीपुरे वाले, मैं इहदा जवाब देता बार बार नहीं दे सकदा जी, मेरा कोई नहीं होर कोई सवाल, तुसीं धारीवाल नूं पुछो जी उह क्यों नहीं आया, जिन्हां ने घाटा यह है वो इतने किमें बढ़ गए, उन्होंने दर्द भी लगता है, पर सवाल का जवाब धालीवाल दे सकते।